ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਬਣਾ ਰਹੀ ਹਾਂ ਕੱਦੂ ਦੀ ਦੁੱਧ ਵਾਲੀ ਸਬਜ਼ੀ। ਅੱਜ ਆਪਾਂ ਫਟਾਫਟ ਕੁੱਕਰ ਦੇ ਵਿੱਚ ਕੱਦੂ ਦੀ ਦੁੱਧ ਵਾਲੀ ਸਬਜ਼ੀ ਬਿਨਾਂ ਮਸਾਲਿਆਂ ਤੋਂ ਬਣਾ ਕੇ ਤਿਆਰ ਕਰਾਂਗੇ। ਬਹੁਤ ਹੀ ਆਸਾਨ ਤਰੀਕੇ ਦੇ ਨਾਲ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ। ਜ਼ਰੂਰ ਇੱਕ ਵਾਰੀ ਤੁਸੀਂ ਵੀ ਬਣਾ ਕੇ ਦੇਖਿਓ, ਤੁਹਾਨੂੰ ਰੈਸਿਪੀ ਵਧੀਆ ਲੱਗੀ ਜੀ, ਲਾਈਕ ਸ਼ੇਅਰ ਕਰਿਓ। ਚੈਨਲ ਤੇ ਪਹਿਲੀ ਵਾਰੀ ਆਏ ਹਾਂ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਨਾਲ ਲੱਗਦੇ ਘੰਟੀ ਵਾਲੇ ਬਟਨ ਨੂੰ ਜ਼ਰੂਰ ਪ੍ਰੈਸ ਕਰਿਓ ਤੇ ਪੂਰੀ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਓ। ਰੈਸਿਪੀ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਮੈਂ ਕੁੱਕਰ ਦੇ ਵਿੱਚ 2 ਤੋਂ 3 ਚਮਚ ਸਰੋਂ ਦਾ ਤੇਲ ਲੈ ਲਿਆ ਜੀ। ਸਰੋਂ ਦਾ ਤੇਲ ਰਿਫਾਇੰਡ ਤੇਲ ਦੇ ਨਾਲੋਂ ਜ਼ਿਆਦਾ ਚੰਗਾ ਹੁੰਦਾ ਹੈ ਜੀ, ਤੇ ਇਸ ਦੇ ਨਾਲ ਜਿਹੜੀ ਸਬਜ਼ੀ ਵੀ ਬਹੁਤ ਟੇਸਟੀ ਤੇ ਕਰਾਰੀ ਬਣ ਕੇ ਤਿਆਰ ਹੁੰਦੀ ਹੈ। ਤੇਲ ਗਰਮ ਹੋਣ ਤੇ ਜੀ ਉਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀਰਾ। ਜੀਰਾ 1/2 ਚਮਚ ਪਾ ਕੇ ਜੀਰਾ ਚਟਕਣ ਤੇ ਫਿਰ ਉਹਦੇ ਵਿੱਚ ਆਪਾਂ ਪਾ ਦੇਣੀ ਹੈ ਜੀ ਕੱਟੇ ਹੋਏ 2 ਪਿਆਜ਼, 2 ਹਰੀਆਂ ਮਿਰਚਾਂ, 7-8 ਲਸਣ ਦੀਆਂ ਕਲੀਆਂ ਤੇ 1 ਇੰਚ ਅਦਰਕ ਦਾ ਟੁਕੜਾ ਪਾ ਕੇ ਆਪਾਂ ਤੜਕੇ ਨੂੰ ਪਕਾ ਲੈਣਾ ਜੀ, ਭੁੰਨ ਲੈਣਾ ਵਾ। ਇੱਥੇ ਆਪਾਂ ਤੜਕੇ ਨੂੰ ਜ਼ਿਆਦਾ ਨਹੀਂ ਪਕਾਉਣਾ ਜੀ, ਬਸ ਇਹਦਾ ਕਲਰ ਚੇਂਜ ਕਰਨਾ ਹੈ ਕਿ ਇਹਦਾ ਕਲਰ ਥੋੜਾ ਲਾਈਟ ਬਰਾਊਨ ਹੋ ਜਾਵੇ। ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾ ਦੇਣੀ ਆ ਕੱਟੇ ਹੋਏ ਕੱਦੂ। ਕੱਦੂ ਮੈਂ ਪਹਿਲਾਂ ਹੀ ਚੰਗੀ ਤਰ੍ਹਾਂ ਧੋ ਸਵਾਰ ਕੇ ਕੱਟ ਕੇ ਰੱਖ ਲਏ ਸੀ ਜੀ, ਪਾਣੀ ਸੁੱਕਣ ਤੇ ਹੋ ਨਾ ਪਾਓ, ਇਹਦੇ ਵਿੱਚ ਤੜਕੇ ਦੇ ਵਿੱਚ ਪਾ ਦਿੱਤੇ ਆ। ਕੱਦੂ ਪਾ ਕੇ ਜੀ ਆਪਾਂ ਚੰਗੀ ਤਰ੍ਹਾਂ ਤੜਕੇ ਦੇ ਨਾਲ ਇਹਨਾਂ ਨੂੰ ਮਿਕਸ ਕਰ ਲੈਣਾ ਹੈ। ਚੰਗੀ ਤਰ੍ਹਾਂ ਆਪਾਂ ਜਿਹੜੇ ਕੱਦੂ ਆ ਤੜਕੇ ਦੇ ਵਿੱਚ ਮਿਕਸ ਕਰ ਲਿਆ ਜੀ। ਉਸ ਤੋਂ ਬਾਅਦ ਇਹਨੂੰ ਪਲੇਟ ਦੇ ਨਾਲ ਉੱਪਰੋਂ ਮੈਂ ਕਵਰ ਕਰ ਦਿੱਤਾ। ਕਵਰ ਕਰਕੇ ਆਪਾਂ 2 ਮਿੰਟ ਇਹਨਾਂ ਨੂੰ ਪਕਾ ਲੈਣਾ ਸਟੀਮ ਦੇ ਨਾਲ। ਦੇਖੋ ਬਿਲਕੁਲ ਕਾਫੀ ਨੀਚੇ ਵੀ ਹੋ ਗਏ ਆ ਤੇ ਇਸ ਦੇ ਨਾਲ ਆ ਜਿਹੜੇ ਆਪਣੇ ਮਸਾਲੇ ਵੀ ਵਧੀਆ ਰਲ ਜਾਣਗੇ ਤੇ ਤੜਕੇ ਦੇ ਵਿੱਚ ਵੀ ਚੰਗੀ ਤਰ੍ਹਾਂ ਮਿਕਸ ਹੋ ਗਏ ਜੀ। ਹੁਣ ਪਾਵਾਂਗੇ ਟੇਸਟ ਅਕੋਰਡਿੰਗ ਮਸਾਲੇ। ਸਭ ਤੋਂ ਪਹਿਲਾਂ ਨਮਕ ਜੀ ਟੇਸਟ ਅਕੋਰਡਿੰਗ, ਹਲਦੀ ਪਾਊਡਰ ਤੇ 1/4 ਚਮਚ ਲਾਲ ਮਿਰਚ ਲਈ ਹੈ ਜੀ। ਤੁਸੀਂ ਮਿਰਚ ਆਪਣੇ ਹਿਸਾਬ ਦੇ ਨਾਲ ਵਰਤ ਸਕਦੇ ਹੋ। 1 ਚਮਚ ਧਨੀਆ ਪਾਊਡਰ ਲਿਆ ਹੈ ਤੇ 1/2 ਚਮਚ ਲਿਆ ਜੀ ਕਸਤੂਰੀ ਮੇਥੀ। ਸਾਰੇ ਮਸਾਲੇ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਜੀ। ਮਿਕਸ ਕਰਨ ਤੋਂ ਬਾਅਦ ਜੀ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਉਣਾ ਹੈ, 5-6 ਚਮਚ ਪਾਣੀ ਦੇ ਪਾਉਣੇ ਆ। ਮੈਂ ਇੱਥੇ ਲਿਆ 1 ਗਲਾਸ, ਗਲਾਸ ਦਾ 1/4 ਹਿੱਸੇ ਤੋਂ ਵੀ ਘੱਟ ਮੈਂ ਇਹਦੇ ਵਿੱਚ ਪਾਣੀ ਪਾਇਆ ਜੀ। ਪਾਣੀ ਪਾ ਕੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਫਿਰ ਮਿਕਸ ਕਰ ਲੈਣਾ ਹੈ। ਇਹ ਪਾਣੀ ਮੈਂ ਇਸ ਲਈ ਪਾਇਆ ਜੀ ਜਦੋਂ ਆਪਾਂ ਕੁੱਕਰ ਦਾ ਢੱਕਣ ਬੰਦ ਕਰਾਂਗੇ, ਆਪਾਂ ਕੱਦੂ ਨੂੰ ਪਕਾਵਾਂਗੇ ਤੇ ਉਸ ਦੇ ਨਾਲ ਜਿਹੜੀ ਆਪਣੀ ਸਬਜ਼ੀ ਨੀਚੇ ਨਾ ਲੱਗੇ। ਫਿਰ ਆਪਣੇ ਕੁੱਕਰ ਦਾ ਢੱਕਣ ਬੰਦ ਕਰਕੇ ਜੀ ਆਪਾਂ 3 ਵਿਸਲ ਲਗਾ ਲੈਣੀ ਆ, 2 ਤੋਂ 3, ਤੇ ਉਸ ਤੋਂ ਬਾਅਦ ਆਪਣੀ ਜਦੋਂ ਸਟੀਮ ਨਿਕਲ ਜਾਏਗੀ ਉਦੋਂ ਆਪਾਂ ਇਹਦਾ ਕੁੱਕਰ ਦਾ ਢੱਕਣ ਖੋਲ ਕੇ ਜੇ ਆਪਣੀ ਸਬਜ਼ੀ ਚੈੱਕ ਕਰਨੀ ਹੈ। ਦੇਖੋ ਆਪਣੀ ਬਹੁਤ ਹੀ ਟੇਸਟੀ ਤੇ ਵਧੀਆ ਸਬਜ਼ੀ ਬਣ ਕੇ ਤਿਆਰ ਹੋਈ ਹੈ। ਤੁਸੀਂ ਵੀ ਜ਼ਰੂਰ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ। ਫਿਰ ਸਬਜ਼ੀ ਬਣਨ ਤੋਂ ਬਾਅਦ ਜੀ ਮੈਂ 1 ਸਾਈਡ ਦੇ 1 ਫਰਾਈ ਪੈਨ ਦੇ ਵਿੱਚ 1 ਗਲਾਸ ਦੁੱਧ ਦਾ ਲਿਆ ਹੈ। ਦੁੱਧ ਨੂੰ ਉਬਾਲ ਆਉਣ ਤੋਂ ਬਾਅਦ ਜਿਸ ਘਰ ਦੇ ਮੈਂਬਰਾਂ ਦੇ ਹਿਸਾਬ ਨਾਲ ਜਿੰਨੀ ਆਪਾਂ ਸਬਜ਼ੀ ਵਰਤਨੀ ਆ ਉਸ ਹਿਸਾਬ ਨਾਲ ਆਪਾਂ ਸਬਜ਼ੀ ਦੁੱਧ ਦੇ ਵਿੱਚ ਪਾ ਲੈਣੀ ਹੈ ਜੀ। ਸਾਰੀ ਤਾਂ ਨਹੀਂ ਪਾ ਸਕਦੇ ਕਿਉਂਕਿ ਫਿਰ ਜਦੋਂ ਆਪਾਂ ਦੁਬਾਰਾ ਗਰਮ ਕਰਾਂਗੇ ਸਬਜ਼ੀ ਤਾਂ ਦੁੱਧ ਆਪਣਾ ਫਟ ਜਾਂਦਾ ਹੈ। ਇਸ ਲਈ ਜਿੰਨੀ ਅਸੀਂ ਸਬਜ਼ੀ ਖਾਣੀ ਆ ਆਪਾਂ ਉਸ ਹਿਸਾਬ ਨਾਲ ਪਾ ਲੈਣੀ ਆ। ਸਬਜ਼ੀ ਪਾ ਕੇ ਚੰਗੀ ਤਰ੍ਹਾਂ ਆਪਾਂ ਦੁੱਧ ਦੇ ਵਿੱਚ ਮਿਕਸ ਕਰ ਲੈਣੀ ਹੈ ਜੀ। ਇੱਥੇ ਮੈਂ 3 ਕੜਛੀਆਂ ਪਾ ਲਈਆਂ ਨੇ। ਮਿਕਸ ਕਰਕੇ ਆਪਾਂ 1 ਉਬਾਲਾ ਦਵਾਉਣਾ ਹੈ ਜੀ। ਉਬਾਲਾ ਦਵਾ ਕੇ ਆਪਣੀ ਜਿਹੜੀ ਸਬਜ਼ੀ ਹੈ ਕੱਦੂ ਦੀ ਦੁੱਧ ਵਾਲੀ ਬਿਲਕੁਲ ਬਣ ਕੇ ਤਿਆਰ ਆ। ਬਹੁਤ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਆ।
ਪੂਰੀ ਰੈਸਪੀ ਨੂੰ ਧਿਆਨ ਦੇ ਨਾਲ ਦੇਖਿਓ, ਮੈਨੂੰ ਉਮੀਦ ਆ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਹੋਵੇਗੀ। ਤੁਹਾਨੂੰ ਰੈਸਪੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ, ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਨਾਲ ਲੱਗਦੇ ਘੰਟੀ ਵਾਲੇ ਬਟਨ ਨੂੰ ਵੀ ਜ਼ਰੂਰ ਪ੍ਰੈਸ ਕਰਿਓ। ਦੇਖੋ ਜੀ ਬਿਲਕੁਲ ਸਬਜ਼ੀ ਰੈਡੀ ਹੈ, ਤੁਸੀਂ ਸਰਵ ਕਰ ਸਕਦੇ ਹਾਂ ਰੋਟੀ ਪਰਾਠੇ ਦੇ ਨਾਲ, ਚੌਲਾਂ ਦੇ ਨਾਲ। ਮਿਲਦੇ ਹਾਂ ਜੀ ਨਵੀਂ ਰੈਸਪੀ ਦੇ ਨਾਲ। ਥੈਂਕ ਯੂ ਸੋ ਮਚ, ਬਾਏ ਬਾਏ।